ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਟਾਰੀ ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਝਗੜਾ ਪੰਚਾਇਤੀ ਜ਼ਮੀਨ ਨੂੰ ਲੈ ਕੇ ਹੋਇਆ ਹੈ ਤੇ ਇਸੇ ਦੌਰਾਨ ਇਹ ਗੋਲੀ ਚੱਲੀ ਹੈ। ਇਸ ਸਾਰੀ ਵਾਰਦਾਤ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਹੋਰ ਜਾਣਕਾਰੀ ਦਿੱਤੀ ਹੈ। ਉੱਧਰ ਮ੍ਰਿਤਕ ਦੇ ਭਰਾ ਤੇ ਜ਼ਖਮੀ ਹੋਏ ਵਿਅਕਤੀ ਬਿਕਰਮਜੀਤ ਸਿੰਘ ਨੇ ਵੀ ਇਸ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੱਤੀ। ਬੰਦੇ ਆਨੇ ਵਾਹ ਆਏ ਆ ਜੀ, ਗੋਲੀਆਂ ਫਾਇਰਿੰਗ ਜਿਹੜੀ ਆ, ਕੋਈ ਸਾਹਮਣੇ ਸੀਸੀਟੀਵੀ ਵਗੈਰਾ ਸਾਹਮਣੇ ਆਈ? ਕੋਈ ਸੀਸੀਟੀਵੀ ਨਹੀਂ ਆ, ਨਹੀਂ ਕੈਮਰਾ ਨਹੀਂ ਜੀ ਹੈਗਾ ਉੱਥੇ। ਆਪਣਾ ਨਾਮ ਦੱਸ ਕੇ ਤੇ ਕੀ ਮਾਮਲਾ ਜਿਹੜਾ ਜੀ? ਪਿੰਡ ਰਣਗੜ ਸਰਦਾਰ ਹਰਜੀਤ ਸਿੰਘ। ਸਵੇਰ ਦੇ ਵੀਰ ਜੀ, ਪਹਿਲਾਂ ਤਾਂ ਕੱਲ੍ਹ ਪਰਸੋਂ ਦੀ ਗੱਲ ਆ, ਦੋ ਤਿੰਨ ਦਿਨ ਹੋ ਗਏ ਆ ਵੀ ਉਹ ਗੱਲਬਾਤ ਚੱਲਣ ਡਈ ਸੀ, ਉਹਨਾਂ ਨੇ ਐਵੇਂ ਖਿੱਚ ਖਿੱਚਦੀ ਜੀ ਹੋਣ ਡਈ ਸੀ ਜੀ। ਅਤੇ ਰਾਤੀ 12 ਵਜੇ ਅਮਨਵੀਰ ਸਰਪੰਚ ਅਤੇ ਦੂਜਾ ਕਰਮਜੀਤ ਸਿੰਘ ਨਾਲ ਹੋਰ ਸਾਰੇ ਮੁੰਡੇ ਲੈ ਕੇ ਰਾਤ, ਨਿਰਵੈਲ ਸਰਪੰਚ ਉਹਦਾ ਮੁੰਡਾ, ਰਾਤ 12 ਵਜੇ ਹੁੱਲੜਬਾਜੀ ਹਥਿਆਰ ਕਿਰਪਾਨਾਂ ਅਤੇ ਲੈ ਕੇ ਗਲੀਆਂ 'ਚ ਫਿਰਦੇ ਰਹੇ। ਅਸੀਂ ਸਵੇਰੇ ਉਹਨਾਂ ਨੂੰ ਜਿਨ੍ਹਾਂ ਦਿਨ ਥੋੜ੍ਹੀ ਜਿਹੀ ਗੱਲਬਾਤ ਸੀ ਉਹਨਾਂ ਦੇ ਘਰ ਪੁੱਛਣ ਗਏ ਹਾਂ ਵੀ ਵੀਰ ਸਾਡਾ ਕੀ ਰੋਲ ਆ। ਉਹਨਾਂ ਨੇ ਮੋਹਤਬਰ ਬੰਦੇ ਚਲੋ ਸਮਝਾਉਣ 'ਤੇ ਜਾਂਦੇ ਹੀ ਹੁੰਦੇ ਆ, ਅਤੇ ਅਸੀਂ ਗਏ ਹਾਂ ਅਤੇ ਉਨੇ ਚਿਰ 'ਚ ਉਹਨਾਂ ਨੇ ਚੁੱਕ ਕੇ ਉਹਨਾਂ ਨੂੰ ਫੋਨ ਕੀਤਾ, ਉਹ ਹਥਿਆਰਾਂ ਨਾਲ ਲੈਸ ਹੋ ਗਏ ਸਾਰੇ ਹੀ ਇਹ, ਅਤੇ ਆਉਂਦਿਆਂ ਨੇ ਵਾਹ ਗੋਲੀਆਂ ਚਲਾਉਣ ਲੱਗ ਪਏ। ਅਤੇ ਉਹਦੇ ਵਿੱਚ ਇੱਕ ਸਾਡਾ ਵੀਰ ਛੋਟਾ ਜਿਹੜਾ ਕਿ ਸਾਰੀ ਦੁਨੀਆ ਦੇ ਹੱਥ ਜੋੜਦਾ ਵਾ, ਸਾਡੇ ਹੀ ਨਹੀਂ ਇਕੱਲੇ ਹੋਰ ਵੀ ਜਿਹੜਾ ਕੋਈ ਜਾਂਦਾ ਉਹਦੇ ਨਾਲ ਵੀ ਪ੍ਰੇਮ ਨਾਲ ਇੰਨਾ ਪ੍ਰੇਮ ਕਰਦਾ ਜੇ ਕੋਈ ਦੱਸ ਨਹੀਂ ਸਕਦੇ, ਸਾਡਾ ਦਿਲ ਰੋਣ ਡਿਆ, ਸਾਡੇ ਕੋਲ ਲਫ਼ਜ਼ ਨਹੀਂ। ਕੋਈ ਇਹੋ ਹੀ ਕਰਦੇ ਹਾਂ ਜੀ, ਇਹ ਜਿਹੜੇ ਹੁੱਲੜਬਾਜ਼ ਨੇ ਅਤੇ ਜਿਨ੍ਹਾਂ ਨੇ ਇੰਨਾ ਵੱਡਾ ਕਾਂਡ ਕਰਤਾ ਵੀਰ ਜੀ, ਕੋਈ ਨਾ ਪੈਣ ਵਾਲਾ ਘਾਟਾ। ਇੱਕ ਮੇਰਾ ਵੀਰ ਵੱਡਾ ਜਿਹਦੇ ਨਲਾਂ 'ਤੇ ਗੋਲੀ ਵੱਜੀ ਆ, ਉਹ ਅਮਨਦੀਪ ਉੱਥੇ ਜਿਹੜੇ ਇਲਾਜ ਆ ਹੁਣੇ ਆ, ਫੋਨ ਆਇਆ ਵੀ ਆਪਰੇਸ਼ਨ ਹੋ ਗਿਆ ਵਾ ਉਹਦਾ ਜੀ। ਇਹ ਵੀਰ ਜੀ ਘਰ ਆ ਕੇ ਪਏ ਨੇ ਵੀਰ ਉਹਨਾਂ ਨੂੰ, ਚਾਹੀਦੀ ਜਗ੍ਹਾ 'ਚ ਉਹਦਾ ਝਗੜਾ ਸੀ ਕੋਈ, ਅਤੇ ਉਹਨੂੰ ਟਾਈਮ ਦਿੱਤਾ ਸੀ ਅੱਜ ਥਾਣੇ ਦਾ। ਅੱਛਾ ਜੀ। ਸਵੇਰੇ ਜਿਹੜੇ ਉਹ ਪਿੰਡ ਦੇ ਸਰਪੰਚ ਨਰਵੈਲ ਸਿੰਘ ਕੋਲ ਬੰਦੇ ਨਾਲ ਲੈ ਕੇ, ਅਤੇ ਉਹਨਾਂ ਨੇ ਪਿੰਡ 'ਚ ਪੋਸਟਮਾਰਟਮ ਕਰਵਾ ਰਹੇ ਹਾਂ ਅਤੇ ਉਹ ਜਿਹੜਾ ਬੁਲਟ ਉਹਦੇ ਹੱਡੀ ਦੇ ਵਿੱਚ ਫਸਿਆ ਹੋਇਆ ਵਾ, ਉਹਦਾ ਐਕਸਰੇ ਕਰਵਾਇਆ ਸੀ ਅਤੇ ਉਹਦਾ ਥੋੜ੍ਹਾ ਜਿਹਾ ਡਾਕਟਰ ਸਾਹਿਬ ਨੂੰ ਕਲੀਅਰ ਨਹੀਂ ਹੋਇਆ, ਦੁਬਾਰਾ ਫਿਰ ਐਕਸਰੇ ਕਰਾ ਕੇ ਅਤੇ ਡਾਕਟਰ ਸਾਹਿਬ ਪੋਸਟਮਾਰਟਮ ਕਰ ਰਹੇ ਨੇ। ਕੋਈ ਜਗ੍ਹਾ 'ਤੇ ਝਗੜਾ ਸੀ ਨਾ? ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।